ਜਿਨ੍ਹਾਂ ਦੀ ਪਾਵਨ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕੁੰਜੀ ਆਖਿਆ ਜਾਂਦਾ ਹੈ, ਮੇਰੀ ਮੁਰਾਦ ਪਰਮ ਸਨਮਾਨ ਜੋ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਤੋਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਇਹਨਾਂ ਰੋਕਾਂ ਦਾ ਜ਼ਿਕਰ ਕਰਦਿਆਂ ਹੋਇਆਂ ਇੱਕ ਕਵਿਤ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਕਾਹੂ ਜਲ ਪਾਨ ਕੀਏ ਰਹਿਤ ਆਰੋਗ ਦੇਹੀ, ਕਾਹੂ ਜਲ ਆਨ ਵਿਆਪੈ ਬਿਰਥਾ ਬਿਲਲਾਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ ਕਿ ਕਿਧਰੇ ਜਲ ਪਾਨ ਕਰਦਿਆਂ ਕਰਦਿਆਂ ਮਨੁੱਖ ਦਾ ਸਰੀਰ ਤੰਦਰੁਸਤ ਰਹਿੰਦਾ ਹੈ, ਨਰੋਇਆ ਰਹਿੰਦਾ ਹੈ, ਅਤੇ ਕਿਧਰੇ ਹੀ ਜਲ ਪਾਨ ਕਰਦਿਆਂ ਕਰਦਿਆਂ ਬਹੁਤਾਤ ਹੀ ਭਿਆਨਕ ਰੋਗਾਂ ਦਾ ਪੈਦਾ ਹੋ ਜਾਣਾ ਸੰਭਵ ਹੋ ਜਾਂਦਾ ਹੈ। ਉਹ ਰੋਗ ਕੇਵਲ ਅਤੇ ਕੇਵਲ ਇਨਸਾਨ ਦੀ ਖੁਰਾਕ ਤੋਂ ਪੈਦਾ ਹੋਏ ਨੇ। ਇਸੇ ਵਾਸਤੇ ਹੀ ਪੁਰਾਣੇ ਸਮਿਆਂ ਦੇ ਅੰਦਰ ਵੈਦ ਆਚਾਰੀਆ ਦੇਖਦੇ ਸਨ ਕਿ ਜਦ ਕੋਈ ਵੀ ਦਵਾ ਔਸ਼ੁੱਧੀ ਆਦਿਕ ਇਹਨਾਂ ਦੇ ਨਾਲ ਰੋਗ ਦੂਰ ਨਹੀਂ ਹੋਇਆ ਤਾਂ ਮਨੁੱਖ ਨੂੰ ਕਹਿੰਦੇ ਸਨ ਕਿ ਹਵਾ ਪਾਣੀ ਬਦਲ, ਭਾਵ ਕਿ ਕਈ ਕਈ ਵਾਰ ਇਨਸਾਨ ਜਦੋਂ ਕਿਸੇ ਵੀ ਥਾਂ ਦੇ ਉੱਪਰ ਟਿਕਾਣਾ ਕਰਦਾ ਹੈ ਤਾਂ ਆਪਣੀ ਜੰਪਲ ਧਰਤੀ ਤੋਂ ਉੱਠ ਕਰਕੇ ਕਿਤੇ ਹੋਰ ਥਾਂ 'ਤੇ ਜਾ ਕਰਕੇ ਵਸੀਬਾ ਕਰਦਾ ਹੈ। ਜਿਵੇਂ ਕਿ ਆਮ ਹੀ ਅੱਜ ਦਾ ਖਾਸ ਕਰਕੇ ਨੌਜਵਾਨ ਪੀੜ੍ਹੀ ਦਾ ਇਹ ਰੁਝਾਨ ਬਣ ਚੁੱਕਾ ਹੈ ਕਿ ਆਪਣੇ ਪੰਜਾਬ ਨੂੰ ਛੱਡ ਕੇ, ਆਪਣੇ ਦੇਸ਼ ਨੂੰ ਛੱਡ ਕੇ ਅਤੇ ਵਿਦੇਸ਼ਾਂ ਦੇ ਵਿੱਚ ਗ੍ਰੀਨ ਕਾਰਡ ਦੀ ਇੱਛਾ ਰੱਖਿਆ ਕਰਦੇ ਨੇ, ਉੱਥੋਂ ਦੇ ਹੀ ਵਸਨੀਕ ਬਣ ਕਰਕੇ ਉੱਥੇ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਨੇ। ਇਸੇ ਤਰ੍ਹਾਂ ਹੀ ਮੇਰੀ ਮੁਰਾਦ ਹੈ ਕਿ ਇਹਨਾਂ ਦੇਸ਼ਾਂ ਅਤੇ ਵਿਦੇਸ਼ਾਂ ਦਾ ਭਰਮਣ ਹੈ ਅਤੇ ਫਿਰ ਇਹਨਾਂ ਦੇਸ਼ਾਂ ਵਿਦੇਸ਼ਾਂ ਦੇ ਕਾਰਨ ਹੀ ਜਦੋਂ ਉੱਥੋਂ ਦਾ ਮਨੁੱਖ ਨੂੰ ਖਾਣਾ ਪੀਣਾ ਪਾਣੀ ਆਦਿਕ ਜਿਹੜਾ ਹੈ ਉਹ ਮਾਫਕ ਨਹੀਂ ਬੈਠਦਾ ਅਤੇ ਫਿਰ ਉਸ ਸਰੀਰ ਨੂੰ, ਉਸ ਮਨੁੱਖ ਨੂੰ ਸਰੀਰਕ ਤੌਰ 'ਤੇ ਬਹੁਤਾਤ ਹੀ ਆ ਕਰਕੇ ਰੋਗ ਜਿਹੜੇ ਆ ਨਾ ਉਹ ਘੇਰ ਲਿਆ ਕਰਦੇ ਨੇ। ਸੋ ਕੁਛ ਦਿਨ ਪਹਿਲਾਂ ਦੱਸ ਸਿੱਖ ਕੌਮ ਦੇ ਮਹਾਨ ਵਿਦਵਾਨ ਰੂਹਾਨੀਅਤ ਦੇ ਮੁਜੱਸਮੇ ਔਰ ਬਹੁਤਾਤ ਹੀ ਇਸ ਸੰਸਾਰ ਦੇ ਅੰਦਰ ਫੇਮਸ ਕਥਾਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਜੀਆਂ ਦੀ ਲਿਖਤ ਪੜ੍ਹਦਾ ਪਿਆ ਸੀਗਾ। ਉਸ ਲਿਖਤ ਦੇ ਵਿੱਚ ਗਿਆਨੀ ਜੀ ਨੇ ਜ਼ਿਕਰ ਕੀਤਾ ਹੈ ਕਿ ਥਾਈਲੈਂਡ ਦੀ ਧਰਤੀ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਗਿਆਨੀ ਬਲਵੰਤ ਸਿੰਘ ਜੀ ਗ੍ਰੰਥੀ ਸਿੰਘ ਦੀ ਡਿਊਟੀ ਕਰਿਆ ਕਰਦੇ ਸਨ, ਜੋ ਕਿ ਬੜੇ ਹੀ ਨਾਮ ਦੇ ਰਸੀਏ ਸਨ। ਅਧਿਆਤਮਿਕ ਪੱਖ ਤੋਂ ਬਹੁਤਾਤ ਹੀ ਉਹਨਾਂ ਦੀ ਤਰੱਕੀ ਹੋਈ ਸੀਗੀ ਅਤੇ ਮਸਕੀਨ ਜੀ ਹੁਣਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਭਾਈ ਬਲਵੰਤ ਸਿੰਘ ਜੀ ਆਪ ਹੀ ਸਵੇਰ ਦੇ ਵਕਤ
ਗੁਰੂ ਘਰ ਦੇ ਵਿੱਚ ਕੀਰਤਨ ਦੇ ਦੁਆਰਾ ਵੀ ਹਾਜ਼ਰੀ ਰਾਗੀ ਸਿੰਘ ਦੇ ਵੱਲੋਂ ਆਪ ਹੀ ਲਵਾਇਆ ਕਰਦੇ ਸਨ ਅਤੇ ਸ਼ਾਮ ਦੇ ਵਕਤ ਆਪ ਹੀ ਕਥਾ ਵਿਚਾਰ ਦੀ ਹਾਜ਼ਰੀ ਵੀ ਭਰਿਆ ਕਰਦੇ ਸਨ ਅਤੇ ਇਸੇ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਹੀ ਮਸਕੀਨ ਸਾਹਿਬ ਜੀ ਹੁਣਾਂ ਨੂੰ ਵੀ ਥਾਈਲੈਂਡ ਦਾ ਮੌਕਾ ਮਿਲਿਆ ਹੈ ਸੰਗਤਾਂ ਦੇ ਰੂਬਰੂ ਹੋਣ ਦਾ ਅਤੇ ਇਹ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਨਜ਼ਰੀਏ ਮੁਤਾਬਕ ਡਿੱਠੀ ਹੋਈ ਘਟਨਾ ਹੈ। ਉਹਨਾਂ ਨੇ ਦੇਖਿਆ ਕਿ ਮਲੇਸ਼ੀਆ ਦੇ ਅੰਦਰ ਬਹੁਤਾਤ ਹੀ ਬੜੇ ਗੁਣੀ ਗਿਆਨੀ ਸਨ, ਕਲਾਸੀਕਲ ਸੰਗੀਤ ਦੇ ਮਾਹਿਰ ਵੀ ਸਨ ਅਤੇ ਮਹਾਨ ਹੀ ਕਥਾਵਾਚਕ ਸਨ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ, ਜਿਹੜੇ ਬੜੀ ਹੀ ਸੋਹਣੀ ਆਪਣੇ ਤਨ ਮਨ ਅਤੇ ਸ਼ਰਧਾ ਦੇ ਨਾਲ ਗ੍ਰੰਥੀ ਸਿੰਘ ਦੀ ਅਹਿਮ ਡਿਊਟੀ ਨਿਭਾ ਰਹੇ ਸਨ। ਅਤੇ ਅਚਾਨਕ ਹੀ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਉਹਨਾਂ ਦੀ ਸਰੀਰਕ ਕਿਰਿਆ ਦੇ ਵਿੱਚ ਬਹੁਤਾਤ ਹੀ ਰੋਗ ਆ ਗਿਆ ਹੈ, ਸਰੀਰ ਦੇ ਉੱਪਰ ਬਹੁਤ ਹੀ ਵੱਡੇ ਵੱਡੇ ਫੋੜੇ ਆਦਿਕ ਜ਼ਖਮ ਆਦਿਕ ਬਣ ਗਏ ਨੇ ਅਤੇ ਉਹਨਾਂ ਨੇ ਬਹੁਤਾਤ ਹੀ ਦਵਾ ਦਾਰੂ ਜਿਹੜਾ ਹੈ ਉਹ ਲੈਣਾ ਕੀਤਾ, ਪਰ ਇਸ ਦਵਾ ਦਾਰੂ ਦਾ ਜਿਹੜਾ ਕੋਈ ਅਸਰ ਨਹੀਂ ਹੋ ਰਿਹਾ, ਬਲਕਿ ਉਹਨਾਂ ਦੇ ਸਰੀਰ ਦੇ ਉੱਪਰ ਇਹ ਜ਼ਖਮ ਆਦਿਕ ਵੱਧਦੇ ਜਾ ਰਹੇ ਨੇ ਅਤੇ ਉਹਨਾਂ ਦਾ ਇੱਥੋਂ ਤੱਕ ਇਹ ਸਰੀਰ ਨਿਟਾਲ ਹੋ ਚੁੱਕਾ ਸੀਗਾ ਕਿ ਉਹ ਬਿਸਤਰ ਦੇ ਉੱਪਰ ਲੇਟ ਵੀ ਨਹੀਂ ਸਕਦੇ ਸਨ, ਕਿਉਂਕਿ ਪਿੱਠ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਜ਼ਖਮ ਸਨ, ਫੋੜੇ ਆਦਿਕ ਸਨ ਅਤੇ ਲੇਟਿਆ ਨਹੀਂ ਸੀ ਜਾਂਦਾ ਅਤੇ ਕੇਵਲ ਅਤੇ ਕੇਵਲ ਕੁਰਸੀ 'ਤੇ ਬੈਠ ਕਰਕੇ ਹੀ ਉਹ ਕਿਸੇ ਵਕਤ ਇਹਨਾਂ ਜ਼ਖਮਾਂ ਤੋਂ ਰਾਹਤ ਮਹਿਸੂਸ ਕਰਦੇ ਅਤੇ ਫਿਰ ਥੋੜ੍ਹੀ ਬਹੁਤ ਨੀਂਦ ਮਾਣਦੇ। ਅਤੇ ਇਸੇ ਤਰ੍ਹਾਂ ਹੁਣ ਖਿਆਲ ਕਰਿਓ, ਜਦੋਂ ਸਾਰੇ ਸਰੀਰ ਦੇ ਉੱਪਰ ਜ਼ਖਮ ਹੋਣਗੇ ਤਾਂ ਬਹੁਤਾਤ ਹੀ ਤਕਲਫ ਪੀੜਾ ਮਹਿਸੂਸ ਹੋਵੇਗੀ ਅਤੇ ਗੁਰੂ ਪਿਆਰੂ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਕੁਰਸੀ ਦੇ ਉੱਪਰ ਬੈਠੇ ਰਹਿਣਾ ਲੇਟਣ ਦਾ ਵੀ ਸਮਾਂ ਨਸੀਬ ਨਹੀਂ ਹੋ ਰਿਹਾ, ਬਹੁਤਾਤ ਦਵਾ ਦਾਰੂ ਇਸਤੇਮਾਲ ਕੀਤਾ ਹੈ। ਮਲੇਸ਼ੀਆ ਦੇ ਵੱਡੇ ਵੱਡੇ ਡਾਕਟਰਾਂ ਦੇ ਕੋਲੋਂ ਆਪਣਾ ਚੈੱਕਅਪ ਆਪਣੇ ਟੈਸਟ ਵਗੈਰਾ ਕਰਵਾਏ ਨੇ, ਪਰ ਉਹਨਾਂ ਦੇ ਟੈਸਟਾਂ ਦੀ ਰਿਪੋਰਟ ਵਿੱਚ ਵੀ ਕੋਈ ਵੀ ਕਾਰਨ ਜਿਹੜਾ ਹੈ ਉਹ ਜ਼ਾਹਿਰ ਨਹੀਂ ਹੋ ਰਿਹਾ ਅਤੇ ਫਿਰ ਇਹ ਜਿਹੜਾ ਰੋਗ ਹੈ ਵੱਧਦਾ ਜਾ ਰਿਹਾ ਹੈ ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਕਿ ਕੋਈ ਵੀ ਦਵਾ ਦਾਰੂ ਦਾ ਅਸਰ ਨਹੀਂ ਹੋ ਰਿਹਾ ਅਤੇ ਸਾਨੂੰ ਮੇਨ ਕਾਰਨ ਵੀ ਕੋਈ ਨਹੀਂ ਦਿਸ ਰਿਹਾ ਰਿਪੋਰਟਾਂ ਦੇ ਦੁਆਰਾ ਟੈਸਟਾਂ ਦੇ ਰਾਹੀਂ। ਅਤੇ ਉਹਨਾਂ ਦਿਨਾਂ ਦੇ ਵਿੱਚ ਵੀ ਹੀ ਨਿਰਮਲੇ ਸੰਪਰਤਾ ਦੇ ਬਹੁਤ ਹੀ ਨਾਮ ਦੇ ਰਸੀਏ ਗੁਰੂ ਕੇ ਪਿਆਰ ਵਾਲੇ ਸੰਤ ਜਨਾਂ ਦਾ ਉੱਥੇ ਸੰਗਤਾਂ ਦੇ ਦਰਸ਼ਨ ਦਾਰੇ ਕਰਨ ਦੇ ਲਈ ਟੁਕਾ ਹੋਇਆ ਹੈ, ਉਹਨਾਂ ਦਾ ਵੀ ਉੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਦਾ ਸਮਾਂ ਉਹਨਾਂ ਨੂੰ ਮਿਲਿਆ ਅਤੇ ਫਿਰ ਉਹਨਾਂ ਦੇ ਨਾਲ ਮਿਲਾਪ ਹੋਇਆ ਅਤੇ ਉਹਨਾਂ ਨੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਦੇ ਕੋਲੋਂ ਪੁੱਛਣਾ ਕੀਤਾ ਕਿ ਤੁਹਾਡੇ ਇਸ ਰੋਗ ਦਾ ਕਾਰਨ ਕੀ ਹੈ ਜਾਂ ਤੁਹਾਨੂੰ ਕੋਈ ਦਵਾ ਦਾਰੂ ਤੋਂ ਰਾਹਤ ਨਸੀਬ ਨਹੀਂ ਹੋ ਰਿਹਾ। ਅਤੇ ਜਦੋਂ ਭਾਈ ਸਾਹਿਬ ਨੇ ਦੱਸਿਆ ਤਾਂ ਮਸਕੀਨ ਜੀ ਲਿਖਦੇ ਨੇ ਕਿ ਉਹਨਾਂ ਨਿਰਮਲੇ ਸੰਤਾਂ ਨੇ ਇੱਕ ਹੀ ਸ਼ਬਦ ਆਖਿਆ ਕਿ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਤੁਸੀਂ ਕੁਛ ਦਿਨ ਇੱਥੋਂ ਛੁੱਟੀ ਲੈ ਕਰਕੇ ਅਤੇ ਆਪਣੀ ਜੰਪਲ ਧਰਤੀ ਦੇ ਉੱਪਰ ਜਾ ਕੇ ਵੇਖੋ। ਪੁੱਛਿਆ ਹੈ ਉਹਨਾਂ ਨਿਰਮਲੇ ਸੰਤਾਂ ਨੇ ਕਿ ਤੁਸੀਂ ਕਿੱਥੋਂ ਦੇ ਵਸਨੀਕ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਤਾਂ ਫਿਰ ਗੁਰੂ ਸਵਾਰੀ ਉਹ ਕਹਿਣ ਲੱਗੇ ਕਿ ਮੈਂ ਵਸਨੀਕ ਹਾਂ ਫਿਰੋਜ਼ਪੁਰ ਡਿਸਟ੍ਰਿਕਟ ਦਾ। ਤਾਂ ਉਹਨਾਂ ਨੇ ਪੁੱਛਿਆ ਕਿ ਕਿਤਨਾ ਕੁ ਚਿਰ ਹੋ ਗਿਆ ਹੈ ਤੁਹਾਨੂੰ ਇੱਥੇ ਆਇਆ ਹੋਇਆਂ ਨੂੰ,
ਤੋ ਉਹਨਾਂ ਨੇ ਜਵਾਬ ਦਿੱਤਾ ਹੈ ਭਾਈ ਸਾਹਿਬ ਜੀ ਨੇ ਕਿ ਤਕਰੀਬਨ ਜਵਾਨੀ ਦੇ ਵਕਤ ਤੋਂ ਮੈਂ ਇੱਥੇ ਮਲੇਸ਼ੀਆ ਦੇ ਵਿੱਚ ਆਇਆ ਹਾਂ ਆਪਣੀ ਜੰਮਪਲ ਧਰਤੀ ਛੱਡ ਕੇ ਅਤੇ ਇੱਥੇ ਤਕਰੀਬਨ ਮੈਨੂੰ 60 ਕੁ ਸਾਲਾਂ ਦਾ ਸਮਾਂ ਹੋ ਗਿਆ ਹੈ ਮਲੇਸ਼ੀਆ ਦੀ ਧਰਤੀ ਦੇ ਉੱਪਰ। ਅਤੇ ਫਿਰ ਇਹਨਾਂ ਨੇ ਜਵਾਬ ਦਿੱਤਾ ਕਿ ਜੇਕਰ ਤੁਸੀਂ ਮੇਰੀ ਮੰਨੋ ਤਾਂ ਮੇਰਾ ਇਤਨਾ ਕੁ ਤਜ਼ਰਬਾ ਕਰਕੇ ਵੇਖ ਲਵੋ ਕਿ ਮਹੀਨੇ ਕੁ ਵਾਸਤੇ ਤੁਸੀਂ ਕੁਛ ਛੁੱਟੀ ਲਿਖਤੀ ਤੌਰ 'ਤੇ ਲੈ ਲਵੋ ਅਤੇ ਆਪਣੇ ਨਗਰ ਦੇ ਵਿੱਚ ਲੈ ਜਾਣ ਦੀ ਤੁਸੀਂ ਕਿਰਪਾਲਤਾ ਕਰੋ। ਤਾਂ ਇਸ ਭਾਈ ਸਾਹਿਬ ਜੀ ਨੇ ਉਹਨਾਂ ਨਿਰਮਲੇ ਸੰਤਾਂ ਦਾ ਕਹਿਣਾ ਜਿਹੜਾ ਹੈ ਉਹ ਪ੍ਰਵਾਨ ਕੀਤਾ ਅਤੇ ਫਿਰ ਨਾਲ ਹੀ ਕਿਸੇ ਸਰੀਰ ਦੀ ਲੋੜ ਸੀਗੀ ਕਿ ਜਿਹੜਾ ਸਹਾਰਾ ਹੋ ਸਕੇ ਅਤੇ ਸਫ਼ਰ ਤੈਅ ਕਰ ਸਕੇ ਅਤੇ ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਮਸਕੀਨ ਜੀ ਦੀ ਰਵਾਨਗੀ ਸੀਗੀ ਮਲੇਸ਼ੀਆ ਤੋਂ। ਅਤੇ ਮਸਕੀਨ ਜੀ ਲਿਖਦੇ ਆ ਕਿ ਮੈਂ ਭਾਈ ਬਲਵੰਤ ਸਿੰਘ ਜੀ ਨੂੰ ਆਪਣੇ ਨਾਲ ਹੀ ਲਿਆ, ਉਹਨਾਂ ਨੂੰ ਆਖਿਆ ਕਿ ਚਲੋ ਤੁਸੀਂ, ਮੈਂ ਵੀ ਜਾ ਰਿਹਾ ਹਾਂ ਅਤੇ ਮੈਂ ਤੁਹਾਨੂੰ ਤੁਹਾਡੇ ਜੱਦੀ ਪੁਸ਼ਤੀ ਡਿਸਟ੍ਰਿਕਟ ਫਿਰੋਜ਼ਪੁਰ ਦੇ ਅੰਦਰ ਛੱਡ ਕੇ ਘਰ ਪਹੁੰਚਾ ਕੇ ਆਵਾਂਗਾ। ਅਤੇ ਮਸਕੀਨ ਸਿੰਘ ਜੀ ਦੇ ਨਾਲ ਹੀ ਇਹ ਭਾਈ ਬਲਵੰਤ ਸਿੰਘ ਜੀ ਮਲੇਸ਼ੀਆ ਦੀ ਧਰਤੀ ਤੋਂ ਰਵਾਨਾ ਹੋਏ ਨੇ, ਏਅਰਪੋਰਟ 'ਤੇ ਪਹੁੰਚੇ ਨੇ ਅਤੇ ਭਾਈ ਬਲਵੰਤ ਸਿੰਘ ਜੀ ਨੇ ਆਪਣੇ ਘਰਦਿਆਂ ਨੂੰ ਫੋਨ ਕਰ ਦਿੱਤਾ ਹੈ, ਫੋਨ ਦੇ ਦੁਆਰਾ ਉਹਨਾਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਜਿਹੜੇ ਏਅਰਪੋਰਟ ਦੇ ਉੱਪਰ ਹੀ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਲੈਣ ਵਾਸਤੇ ਆ ਗਏ ਨੇ। ਅਤੇ ਫਿਰ ਮਸਕੀਨ ਜੀ ਆਖਣ ਲੱਗੇ ਕਿ ਤੁਸੀਂ ਤਾਂ ਐਵੇਂ ਤਕੱਲਫ ਕੀਤਾ, ਮੈਂ ਤੁਹਾਨੂੰ ਤੁਹਾਡੇ ਪਿੰਡ ਵਿੱਚ ਛੱਡ ਹੀ ਆਉਣਾ ਸੀਗਾ। ਪਰ ਇਹ ਭਾਈ ਸਾਹਿਬ ਮਸਕੀਨ ਜੀ ਦਾ ਬਹੁਤ ਆਦ ਸਤਿਕਾਰ ਕਰਦਿਆਂ ਹੋਇਆਂ ਆਖਣ ਲੱਗੇ ਕਿ ਗਿਆਨੀ ਜੀ, ਤੁਹਾਨੂੰ ਅਸੀਂ ਕਿੱਥੇ ਤਕੱਲਫ ਦੇਣਾ ਹੈ, ਇਸ ਕਾਰਨ ਮੈਂ ਸੋਚਿਆ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਹੀ ਮੰਗਵਾ ਲੈਂਦਾ ਹਾਂ। ਅਤੇ ਫਿਰ ਕੁਛ ਹੀ ਦਿਨਾਂ ਦੇ ਬਾਅਦ ਉਹਨਾਂ ਦਿਨਾਂ ਦੀ ਗਿਣਤੀ ਮਸਕੀਨ ਜੀ ਨੇ 40 ਦਿਨ ਲਿਖੀ ਹੈ ਕਿ 40 ਦਿਨਾਂ ਦੇ ਵਿੱਚ ਹੀ ਉਹ ਭਾਈ ਬਲਵੰਤ ਸਿੰਘ ਜਿਹੜੇ ਹੈ ਨਾ ਉਹ ਠੀਕ ਠਾਕ ਹੋ ਗਏ, ਉਹਨਾਂ ਦੇ ਸਰੀਰ 'ਤੇ ਕੋਈ ਵੀ ਜ਼ਖਮ ਨਹੀਂ ਰਿਹਾ। ਅਤੇ ਫਿਰ ਮਸਕੀਨ ਜੀ ਆਖਣ ਲੱਗੇ ਕਿ ਉਹਨਾਂ ਦਿਨਾਂ ਦੇ ਵਿੱਚ ਮਸਕੀਨ ਜੀ ਦੀ ਕਥਾ ਸੀਗੀ ਸੀਸਗੰਜ ਗੁਰਦੁਆਰਾ ਦਿੱਲੀ ਵਿਖੇ, ਅਤੇ ਮਸਕੀਨ ਜੀ ਕਥਾ ਵਿਚਾਰ ਕਰਦੇ ਪਏ ਨੇ ਅਤੇ ਭਾਈ ਬਲਵੰਤ ਸਿੰਘ ਜੀ ਗੁਰਦੁਆਰਾ ਸੀਸਗੰਜ ਵਿਖੇ ਨਮਸਕਾਰ ਕਰਨ ਵਾਸਤੇ ਆਏ ਨੇ ਅਤੇ ਮਸਕੀਨ ਸਿੰਘ ਜੀ ਨੇ ਦੇਖਿਆ ਅਤੇ ਪਛਾਣ ਹੋ ਗਈ, ਪਛਾਣ ਕਰ ਲਈ ਹੈ ਕਿ ਇਹ ਤਾਂ ਭਾਈ ਬਲਵੰਤ ਸਿੰਘ ਜੀ ਨੇ। ਅਤੇ ਫਿਰ ਉਹਨਾਂ ਨੇ ਮਹਿਸੂਸ ਕੀਤਾ